ਖੇਡ ਮੈਦਾਨ ਦੇ ਵਿੱਚ ਕਰੀਹਾ ਤੇ ਕੜਿਆ ਛੱਡ ਰਿਹਾ। ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੋ ਪੁਆਇੰਟ ਅੰਕ ਆਪਣੀ ਟੀਮ ਦੇ ਇਸੇ ਜੋੜਦਾ ਹੋਇਆ ਸ਼ੇਰਪੁਰੀਆ ਸੱਤੂ ਨੇ ਕਹਿੰਦਾ ਵੀ ਜੱਪਾ ਲਾਤਾ ਮਾਲੂਪੁਰ ਦੀ ਟੀਮ ਦੇ ਲਈ। ਵਾਹ ਉਹ ਸੱਤੂ ਇਧਰ ਹੁਣ ਕਹਿੰਦੇ ਵੀ ਨਕੋਦਰ ਵਾਲੇ ਤਾੜੀਆਂ ਮਾਰ ਦੋ, ਇਹ ਮੋਨੂ ਨੂੰ ਕੋਦਰੀਆ ਬੰਗੜ ਪਰਿਵਾਰ ਦਾ ਖਿਡਾਰੀ ਕਬੱਡੀ ਪਾ ਰਿਹਾ। ਕਦੇ ਕਹਿੰਦੇ ਵੀ ਐਨ ਆਰ ਆਈ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਲਈ ਖੇਡਦਾ ਤੇ ਅੱਜ ਕਹਿੰਦੇ ਵੀ ਦੇਖਦੇ ਵੀ ਮਾਲੂਪੁਰ ਦੀ ਟੀਮ ਦੇ ਲਈ ਕਬੱਡੀ ਪਾਉਂਦਾ ਹੋਇਆ। ਬਈ ਹੋਈ ਕਬੱਡੀ ਤੇ ਲੱਗੇ ਹੋਏ ਜ਼ੋਰ, ਉੱਡੀ ਹੋਈ ਮਾਂ ਮਿੱਟੀ ਦੀ ਧੂੜ, ਲਓ ਚੱਲਦੇ ਹੋਏ ਹਵਾ ਦੇ ਹਲਕੇ ਹਲਕੇ ਬੁੱਲੇ ਔਰ ਲੱਗੀ ਹੋਈ ਕੈਂਚੀ ਮੇਰੇ ਵੀਰਿਓ, ਤਾੜੀਆਂ ਮਾਰਦਾ ਦੋਨਾਂ ਖਿਡਾਰੀਆਂ। ਵਾਹ ਸੋਹਣਿਆ, ਐਨ ਕਹਿੰਦੇ ਵੀ ਮੁੰਡੇ ਨੇ ਜੀਦਾਰੀ ਨਾਲ ਜੱਫਾ ਲਾਇਆ, ਐਨ ਸਵਾਦ ਕਰ ਦਿੱਤਾ ਮੇਰੇ ਵੀਰੋ। ਇਸ ਲਈ ਸਵਾਉ ਦੀ ਟੀਮ ਦੇ ਇਸ ਅੰਕ ਜੋ ਆਪ ਰੋਲੇ ਆ ਰਹੇ ਨੇ, ਆਪ ਕਹਿੰਦੇ ਵੀ ਸਾਈ ਜੀ ਅੱਜ ਕਹਿੰਦੇ ਵੀ ਲਾਡੀ ਸਾਈ ਜੀ ਤੱਕਦੇ ਨੇ ਵੀ ਉਹਨਾਂ ਦੇ ਦਰਬਾਰ ਤੇ ਰੌਣਕਾਂ ਜਿਹੜੀਆਂ ਲੱਗੀਆਂ ਕਿ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੂੰ ਕਿਆ ਲਾਗੇ ਤਨ ਮੇਰਾ। ਬੱਲੇ 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 ਉਹ ਫਿਰ ਖੇਡ ਮੈਦਾਨ ਵਿੱਚ ਮੈਨੂੰ ਲੱਗਦਾ ਵੀ ਜੱਫਾ ਜਿਹੜਾ ਲੱਗਦਾ ਹੋਇਆ ਮਾਲੂਪੁਰ ਦੀ ਟੀਮ ਦੇ ਵੱਲੋਂ ਇਹ ਹੈ ਸੱਤੂ ਸ਼ੇਰਪੁਰੀਆ। ਵਾਹ ਨੌਜਵਾਨਾਂ, ਦੋ ਜੱਫੇ ਜਿਹੜੇ ਲਗਾਤਾਰ ਲਾ ਦਿੱਤੇ ਮਾਲੂਪੁਰ ਦੀ ਟੀਮ ਦੇ ਲਈ ਤੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਜੋਤੀ ਪੁਰ ਹੀਰਾ ਦੀ ਧਰਤੀ ਦਾ ਇਸ਼ਾਰਾ ਕਰਦਾ ਵੀ ਆਓ ਸਾਹਮਣੇ ਕਿ ਜੰਗ ਜਿੱਤਣ ਲਈ ਸੂਰਮੇ ਹਰਦਮ ਰਹਿਣ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਜਾ ਬਾਹਰ, ਜਿਹੜਾ ਤੀਰ ਨਿਸ਼ਾਨੋ ਖੁੰਝ ਜਾਵੇ ਬਈ ਉਹ ਕਾਹਦਾ ਹਥਿਆਰ। ਲਓ ਜੋਤੀ ਦੀ ਪਾਈ ਹੋਈ ਕਬੱਡੀ ਦੇ ਮੇਰੇ ਵਾਹ ਜਵਾਨਾ, ਉੱਠੋ ਸ਼ੇਰਾ, ਲਓ ਉਕੜੇ ਪੈਰ ਨੌਜਵਾਨ ਦੇ ਮੇਰੇ ਵੀਰੋ, ਫਿਰ ਉੱਠਿਆ, ਲਓ ਇਸ ਵੇਲੇ ਸੰਘਰਸ਼ ਜਾਰੀ ਹੈ ਨੌਜਵਾਨ ਦਾ ਮੇਰੇ ਵੀਰੋ, ਗਿੱਟਾ ਪੱਟਿਆ ਬੱਲੇ ਬੱਲੇ, ਇਹਨੂੰ ਕਹਿੰਦੇ ਖੇਡ ਕਬੱਡੀ ਚੁਸਤੀ ਦੀ, ਕੰਮ ਭਿੜਨਾ ਝੋਟੇ ਦਾ, ਜੀਦਾਰੀ ਦੀ ਕੋਤੀ ਪੱਕਾ ਸਾਧ ਲਗੋਟੇ ਦਾ, ਤੰਦਰੁਸਤੀ ਦਾ ਮੇਲਾ, ਮੇਲਾ ਨਹੀਂ ਬਿਮਾਰਾਂ ਦਾ, ਤੂੰ ਮੇਲਣ ਬਣ ਕੇ ਦੇਖੀ ਮੇਲਣੇ ਮੇਲਾ ਯਾਰਾਂ ਦਾ, ਕਿ ਤਿੰਨ ਕੰਮ ਮੇਲੇ ਦੇ ਪੱਕੇ, ਧੁੱਪ ਧੂੜ ਤੇ ਧੱਕੇ, ਤਿੰਨ ਕੰਮ ਮੇਲੇ ਦੇ ਪੱਕੇ ਮੇਰੇ ਵੀਰਿਓ। ਲਓ ਨਾਲੇ ਕਮਲ ਸਾਡਾ ਵੀਰ ਕਮਲਪ੍ਰੀਤ ਵੀ ਪੁੱਜਾ ਹੋਇਆ ਪੈਂਟ ਵਾਲੇ ਦੀ ਟੀਮ ਦੇ ਵਿੱਚ, ਉਹਦਾ ਵੀ ਵੀਰਿਆ ਟੱਚ ਨਹੀਂ ਲੱਗਾ, ਹੁਣ ਟੱਚ ਹੋਇਆ ਇਸ਼ਾਰਿਆਂ ਦੇ ਨਾਲ ਮੇਰੇ ਵੀਰੋ। ਲਓ ਦੇਖੋ ਇਧਰਲੀ ਸਾਈਡ ਆ, ਵਾਹ ਸੋਹਣਿਆ, ਸਮਾਊ ਦੀ ਟੀਮ ਦੇ ਇਸੇ ਪੁਆਇੰਟ ਜੁੜ ਗਿਆ ਨੌਜਵਾਨਾਂ, ਪਰ ਟੀਮਾਂ ਇੱਕ ਮਿੰਟ ਰਾਜਨ ਆ ਗਈਆਂ ਜੀ ਟੀਮਾਂ, ਖਿਡਾਰੀ ਵੀਰੋ ਬਾਹਰ ਦੀ ਆਓ, ਬਾਹਰ ਦੀ ਆਓ, ਬਾਹਰਲੇ ਦਰ ਦੇ ਨਾਲ ਨਾਲ ਆਓ ਮੇਰੇ ਵੀਰੋ, ਜਿਹੜੀਆਂ ਟੀਮਾਂ ਹੋ ਰਹੀਆਂ ਦੀਪ ਮਹਿੜੂ, ਬਹੁਤ ਪ੍ਰਿਆ ਮਿੱਤਰ ਮਨਦੀਪ ਮਹਿੜੂ ਜਿਹਨਾਂ ਦੇ ਬਹੁਤ ਵੱਡੇ ਸਹਿਯੋਗ ਨੇ। ਲਓ ਉਧਰ ਅਜੇ ਬਲ ਕੋਨਾ ਵਾਲੇ ਤਾੜੀਆਂ ਮਾਰ ਦੋ ਕਿ ਆਪਣੇ ਗਰਾਈ ਕੋਲੋਂ ਹਾਲ ਪੁੱਛਾ ਪਿੰਡ ਦਾ, ਮਰ ਜਾਣੇ ਮਾਨਾ ਕਿ ਪੰਜਾਬ ਜਾਵੇ ਖਿੰਡਦਾ, ਕਦੇ ਕਿਸੇ ਰਾਵੀ ਤੋਂ ਵੱਖ ਨਾ ਚਨਾਬ ਹੋਵੇ ਤੇ ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ਹੋਵੇ। ਵੀਰ ਜੀ ਇੱਕ ਬੇਨਤੀ ਆ, ਇੱਧਰ ਬਹੁਤ ਰਸ਼ ਪੈ ਗਿਆ, ਵੀਰ ਜੀ ਬੈਠ ਜਾਓ, ਬੈਠ ਜਾਓ ਵੀਰ ਜੀ, ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਤਾੜੀ ਮਾਰ ਦੋ ਆਪੇ ਬੈਠਣਗੇ ਪਲੇਟ 'ਚ ਪਿੱਛੇ, ਜਿਹਨਾਂ ਨੂੰ ਨਹੀਂ ਨਜ਼ਰ ਆ ਰਿਹਾ, ਬਹੁਤ ਚਿਰ ਦੇ ਹੱਥ ਖੜੇ ਕਰ ਕਰ ਹਾਕਾ ਮਾਰੇ ਵੀਰ ਜੀ ਨੂੰ ਬਿਠਾ ਦਿਓ, ਬੈਠ ਜਾਓ ਵੀਰ ਜੀ, ਧੰਨਵਾਦ ਰੋ ਭਰ ਕੇ ਸਾਰੇ ਸਰੋਤਿਆਂ ਦਾ। ਅੱਜ ਕਹਿੰਦੇ ਵੀ ਸਾਈਆਂ ਦੇ ਦਰਬਾਰ ਤੇ ਮੁਕਾਬਲੇ ਸਖਤ ਨੇ, ਕਿਸੇ ਨੇ ਬੋਲ ਕੇ ਕਿਸੇ ਨੇ ਰੈਫਰੀ ਕਰਕੇ ਹਾਜ਼ਰੀ ਲਵਾ ਜਾਣੀ। ਲਓ ਸਮਾਪਤ ਆ, ਦੱਸਿਓ ਬਾਬਾ ਜੀ ਵੀ ਕਿਹੜੀ ਟੀਮ ਇਹਨਾਂ ਦੋਵਾਂ ਟੀਮਾਂ ਦੇ ਵਿੱਚੋਂ ਜਿੱਤੀ ਆ, ਲੈ ਵੀ ਰਾਜਨ ਦੱਸੇ ਵੀ ਕਿਹੜੀ ਟੀਮ ਜਿੱਤੀ ਆ ਇਹਨਾਂ ਦੋਵਾਂ ਟੀਮਾਂ ਦੇ ਵਿੱਚੋਂ। ਵਾਹ, ਕਰੀਹਾ ਤੇ ਕੜਿਆਲ ਦੀਆਂ ਟੀਮਾਂ ਨਾਲ ਹੀ ਸ਼ਰਾਫਤ ਅਲੀ ਪੱਤਣਾ ਵਾਲਾ ਵੀਰ ਦੇ ਨਾਲ ਵੀ ਰੇਲ ਮਾਜਰਾ, ਉਹਨਾਂ ਨੂੰ ਬੇਨਤੀ ਆ ਦੋਨੋਂ ਕਮੈਂਟੇਟਰਾਂ ਨੂੰ ਵੀ ਮੈਂ ਤੇ ਆਪਣੀਆਂ ਹਾਜ਼ਰੀਆਂ ਲਵਾਉਣ। ਮਾਲੂਪੁਰ ਦੀ ਟੀਮ ਆ ਸਾਡੇ 16 ਨੰਬਰ 6 ਜੱਫੇ ਲਾਏ, ਸਮਾਓ ਦੀ ਟੀਮ ਨੇ 21 ਨੰਬਰ ਜਿਹੜੇ ਪ੍ਰਾਪਤ ਕੀਤੇ 7 ਜੱਫੇ, ਇੱਕ ਜੱਫੇ ਦਾ ਜਿਹੜਾ ਫਰਕ ਆ। ਸਮਾਓ ਇਸ ਮੁਕਾਬਲੇ ਦੀ ਜੇਤੂ ਟੀਮ ਲਾਵੀ ਰਮਨ ਸਿਆ ਮਾਲੂਪੁਰ ਤੇ। ਹਾਂਜੀ ਰੁਪਿੰਦਰ ਗਲਾਲ ਸਾਡਾ ਵੀ ਜਿੱਥੇ ਵਾਸ ਹੁੰਦਾ ਮਿਹਰਬਾਨੀ ਕਰਕੇ ਮਨਦੀਪ ਦੇ ਨਾਲ ਸੰਪਰਕ ਕਰੇ ਆ ਕਿ ਰੁਪਿੰਦਰ ਗਲਾਲ ਦੇ ਕੇ ਬੇਨਤੀ ਹੈ। ਹੈਲੋ, ਕਰੀਹਾ ਤੇ ਕੁੜਿਆਲ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ 80 ਕਿਲੋ ਭਾਰ ਵਰਗ ਦਾ। ਮਾਲੂਪੁਰ ਤੇ ਬਦਰੇ ਦੀਆਂ ਟੀਮਾਂ ਤਿਆਰ ਰਹਿਣ ਅਗਲੇ ਮੈਚ ਦੇ ਲਈ। ਮਾਲੂਪੁਰ ਤੇ ਬਦਰਾ 80 ਕਿਲੋ ਭਾਰ ਵਰਗ ਦੇ ਜਿਹੜੇ। ਹਾਂਜੀ ਕਰੀਹੇ ਦੀ ਟੀਮ ਵੀ ਆਵੇ ਜਲਦੀ ਤੇ ਕੜਿਆਲ ਦੇ ਖਿਡਾਰੀ ਵੀ ਆਵੇ ਜਲਦ। ਮਾਲਵੇ ਦੁਆਬੇ ਵਾਲਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਗੱਲਾਂ ਕਰਨ ਦੇ ਟੀਮਾਂ ਦੋਵੇਂ ਚੰਡੀਆਂ।
ਪਹਿਲਾਂ ਵੀ ਮਾਲਵੇ ਤੇ ਦੁਆਬੇ ਦਾ ਮੈਚ ਖੇਡਿਆ ਗਿਆ ਤੇ ਹੁਣ ਵੀ 80 ਕਿਲੋ ਭਾਰ ਵਰਗਾ ਮਾਲਵੇ ਤੇ ਦੁਆਬੇ ਦਾ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਤਿਆਰ ਨੇ। ਸਾਡੇ ਕਰੀਹੇ ਵਾਲੇ ਵੀਰ ਦੇ ਕੇ ਬੇਨਤੀ ਹੈ ਬਈ ਆਪਾਂ ਜਲਦੀ ਤੋਂ ਜਲਦੀ ਟੀਮ ਜਿਹੜੀ ਆ ਗਰਾਊਂਡ ਦੇ ਵਿੱਚ ਲੈ ਕੇ ਆਵਾਂਗੇ। ਔਰ ਸਾਡੇ ਵੀ ਰੁਪਿੰਦਰ ਜਲਾਲ ਦੇ ਕੇ ਬੇਨਤੀ ਵੀ ਸਾਡੇ ਵੀਰ ਮਨਦੀਪ ਦੇ ਨਾਲ ਸੰਪਰਕ ਕਰ ਲਵੇ ਗਰਾਊਂਡ ਦੇ ਵਿੱਚ ਆ ਕੇ। ਮੈਂ ਸਾਰੀ ਸੰਗਤ ਦਾ ਧੰਨਵਾਦੀ ਹਾਂ ਜੋ ਆਪੋ ਆਪਣੇ ਪਿੰਡਾਂ ਤੋਂ ਆਪੋ ਆਪਣੇ ਸ਼ਹਿਰਾਂ ਤੋਂ ਇਸ ਖੇਡ ਮੇਲੇ ਨੂੰ ਦੇਖਣ ਦੇ ਵਾਸਤੇ ਪੁੱਜੇ ਹੋਏ ਨੇ ਕਿ ਮੇਲਾ ਮੇਲੀਆਂ ਦਾ ਯਾਰਾ ਬੋਲੀਆਂ ਦਾ ਰਾਂਝਾ ਸੱਤ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਕਿ ਇੱਕ ਦਿਨ ਅਸਾਂ ਪਰਦੇਸੀਆਂ ਵੀ ਇੱਥੋਂ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਹਾਂਜੀ ਕਰੀਹੇ ਦੀ ਟੀਮ ਜਲਦੀ ਆ ਜਾਓ ਜੀ ਕਰੀਹਾ ਬਾਬਾ ਪ੍ਰੇਮ ਦਾਸ ਕਬੱਡੀ ਕਲੱਬ ਕਰੀਹਾ ਜਲਦੀ ਤੋਂ ਜਲਦੀ ਟੀਮ ਬੋਲੇ ਖੇਡ ਗਰਾਊਂਡ ਦੇ ਵਿੱਚ। ਸੋ ਬੜੇ ਜਿਹੜੇ ਸ਼ਾਨਦਾਰ ਮੈਚ ਜਿਹੜੇ ਖੇਡੇ ਜਾ ਰਹੇ ਨੇ ਅੱਜ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਾਂਝਾਂ ਦੀ ਧਰਤੀ ਦੇ ਉੱਤੇ ਕਿ ਇਹਨਾਂ ਸਾਧੂ ਸੰਤ ਫਕੀਰਾਂ ਦੇ ਲੱਗ ਚਰਨੀ ਮੌਜਾਂ ਮਾਣ ਲੈ ਤੂੰ ਇਹਨਾਂ ਸੱਚੀਆਂ ਰੂਹਾਂ ਵਿੱਚ ਰੱਬ ਵਸਦਾ ਛੱਡ ਬਹੁਤੀਆਂ ਇੰਨੀ ਜਾਣ ਲੈ ਤੂੰ ਛੱਡ ਬਹੁਤੀਆਂ ਇੰਨੀ ਜਾਣ ਲੈ ਤੂੰ। ਸਾਈਂ ਬਿੱਕੀ ਸ਼ਾਹ ਜੀ ਦੇ ਦਰਬਾਰ ਦੇ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜਿਸ ਕਬੱਡੀ ਦੀ ਚਰਚਾ ਦਰਸ਼ਕ ਵੀਰਿਓ ਪੂਰੀ ਦੁਨੀਆ ਦੇ ਵਿੱਚ ਹੋਈ ਹੈ। ਸਾਰੀਆਂ ਖੇਡਾਂ ਜਿਹੜੀ ਮਾਤ ਪਾਤੀ ਹੈ ਮਾਂ ਖੇਡ ਕਬੱਡੀ ਨੇ। ਅਗਰ ਤੁਸੀਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਮਾਂ ਖੇਡ ਕਬੱਡੀ ਦੇ ਨਾਂ ਤੇ ਤਾੜੀਆਂ ਜ਼ਰੂਰ ਮਾਰ ਦਿਓ। ਇੱਕ ਵਾਰੀ ਤਾੜੀਆਂ ਜ਼ਰੂਰ ਮਾਰ ਦਿਓ ਮਾਂ ਖੇਡ ਕਬੱਡੀ ਦੇ ਨਾਂ ਤੇ ਕਿ ਜਿਹੜੀ ਪੱਥਰਾਂ ਰੋੜਾਂ ਤੇ ਖੇਡੀ ਜਾਂਦੀ ਸੀ ਉਹ ਖੇਡ ਸਭ ਨੂੰ ਮੋਹਣ ਲੱਗ ਪਈ। ਸਾਰੇ ਪੰਜਾਬ ਦੇ ਚਾਰੇ ਪਾਸੇ ਵੇਖ ਲਓ ਕਬੱਡੀ ਕਬੱਡੀ ਹੋਣ ਲੱਗ ਪਈ। ਸਾਰੇ ਪੰਜਾਬ ਦੇ ਚਾਰੇ ਪਾਸੇ ਵੇਖ ਲਓ ਕਬੱਡੀ ਕਬੱਡੀ ਹੋਣ ਲੱਗ ਪਈ। ਹੋ ਗਏ ਨੇ ਇਨਾਮ ਜੀ ਦੇ ਲੱਖਾਂ ਕਰੋੜਾਂ ਤੱਕ ਜੀ ਹੋ ਗਏ ਨੇ ਇਨਾਮ ਜੀ ਦੇ ਲੱਖਾਂ ਕਰੋੜਾਂ ਤੱਕ ਜੀ ਖਿਡਾਰੀਆਂ ਨੂੰ ਮਿਲਦੇ ਨੇ ਟਰੈਕਟਰ ਕਾਰਾਂ ਜੀ ਤਾਂ ਟਰੱਕ ਜੀ ਜਿਹੜੇ ਗਰੀਬ ਸੀ ਘਰਾਂ ਦੇ ਕਾਕੇ ਫਾਕੇ ਕੱਟਦੇ ਉਹਨਾਂ ਦੀ ਗਰੀਬੀ ਧੋਣ ਲੱਗ ਪਈ। ਸਾਰੇ ਪੰਜਾਬ ਦੇ ਚਾਰੇ ਪਾਸੇ ਵੇਖ ਲਓ ਕਬੱਡੀ ਕਬੱਡੀ ਹੋਣ ਲੱਗ ਪਈ। ਸੋ ਦੋਨੋਂ ਟੀਮਾਂ ਸਾਡੀਆਂ ਹਾਂਜੀ ਦੋਦੇ ਦਾ ਸੰਦੀਪ ਜਿੱਥੇ ਆਵਾਜ਼ ਸੁਣਦਾ ਮਿਹਰਬਾਨੀ ਕਰਕੇ ਜਲਦੀ ਗਰਾਊਂਡ ਦੇ ਵਿੱਚ ਆਵੇ ਦੋਦੇ ਪਿੰਡ ਦਾ ਸੰਦੀਪ ਤੇ ਰੁਪਿੰਦਰ। ਸੋ ਸਾਡੀਆਂ ਦੋਨੋਂ ਟੀਮਾਂ ਕਬੱਡੀ 365.com ਅਤੇ ਵਾਈਫਾਈ। ਸੋ ਦੋਨਾਂ ਟੀਮਾਂ ਜਿਹੜੇ ਕਪਤਾਨ ਨੇ ਖੇਡ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਆਉਣਗੇ ਕਿਉਂਕਿ ਮਾਂ ਖੇਡ ਕਬੱਡੀ ਨੂੰ ਜੇ ਬੁਲੰਦੀਆਂ ਤੇ ਬਚਾਇਆ ਤਾਂ ਵੱਡੀ ਦੇਣ ਹੈ ਸਾਡੇ ਵੀਰ ਹੈਪੀ ਸਿੱਧੂ ਦੀ ਪ੍ਰਦੀਪ ਵੀਰ ਹੋਣਾਂ ਦੀ। ਹਾਂਜੀ ਦੋਦੇ ਦਾ ਸੰਦੀਪ ਤੇ ਰੁਪਿੰਦਰ ਇਹ ਦੋਵੇਂ ਖਿਡਾਰੀ ਜਿਹੜੇ ਜਲਦੀ ਆ ਜਾਓ ਤੇ ਨਾਲ ਹੀ ਬੇਨਤੀ ਹੈ ਕਰੀਏ ਦੀ ਟੀਮ ਨੂੰ ਦੋਦੇ ਵਾਲਾ ਸੰਦੀਪ ਜਿਹੜਾ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚੇਗਾ ਜਿਹੜਾ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਖਿਡਾਰੀ ਜਿਹੜੇ ਵੇਟ ਕਰ ਰਹੇ ਨੇ। ਹਾਂਜੀ ਜਿਹੜੀਆਂ ਟੀਮਾਂ ਦੋ ਕਮੈਂਟਰੀ ਵਾਲਿਆਂ ਦੀਆਂ ਟੀਮਾਂ ਇੱਕ ਕਬੱਡੀ 365 ਵਾਲਿਆਂ ਦੀ ਟੀਮ ਆ ਤੇ ਇੱਕ ਸਾਰੇ ਪੇਜਾਂ ਵਾਲਿਆਂ ਦੀ ਜਿੰਨੇ ਵੀ ਪੇਜ ਵਰਕ ਕਰਦੇ ਆ ਕੰਮ ਕਰਦੇ ਆ ਸਾਡੀ ਕਬੱਡੀ ਲਈ ਉਹਨਾਂ ਦੇ ਲਈ ਆ। ਮਨਦੀਪ ਭਾਜੀ ਆ ਯਾਰ ਕੁਰਸੀਆਂ ਆਪਾਂ ਜ਼ਿਆਦਾ ਬਾਹਰ ਕਰਵਾ ਦਈਏ ਨਹੀਂ ਤਾਂ ਔਖਾ ਹੋ ਜਾਣਾ। ਤਾਂ ਭਾਜੀ ਬੇਨਤੀ ਆ ਜਿਹੜੇ ਮੇਰੇ ਵੀਰ ਕੁਰਸੀਆਂ ਤੇ ਬੈਠੇ ਆ ਉਹਨਾਂ ਨੂੰ ਬੇਨਤੀ ਆਪਾਂ ਬਾਹਰਲੀ ਸਾਈਡ ਕੁਰਸੀਆਂ ਲੈ ਜਾਓ। ਹਾਂਜੀ ਬਾਈ ਜੀ ਤੁਹਾਨੂੰ ਬੇਨਤੀ ਆ ਰਿਕੁਐਸਟ ਆ ਵੀ ਪਲੀਜ਼ ਆਪਾਂ ਬਾਹਰਲੀ ਸਾਈਡ ਕੁਰਸੀਆਂ ਲੈ ਜਾਓ ਇੱਥੇ ਆਪਾਂ ਕੁਰਸੀਆਂ ਨਹੀਂ ਲਾ ਸਕਦੇ ਫਿਰ ਤਾਂ ਇੱਦਾਂ ਸਾਰੇ ਹੀ ਕੁਰਸੀਆਂ ਲੱਗ ਜਾਣਗੀਆਂ। ਜਿਹੜੇ ਮੇਰੇ ਵੀਰ ਆ ਉੱਠੇ ਉਹ ਬਾਈ ਉੱਠਣਾ ਤਾਂ ਪੈਣਾ ਹੀ ਆ ਨਹੀਂ ਉਹਨਾਂ ਟਾਈਮ ਆਪਾਂ ਮੈਚ ਨਹੀਂ ਸ਼ੁਰੂ ਕਰਵਾਉਣਾ। ਪਲੀਜ਼ ਹੱਥ ਬੰਨ ਕੇ ਬੇਨਤੀ ਆ ਕਿਹਦੇ ਲਈ ਟੂਰਨਾਮੈਂਟ ਹੋ ਰਿਹਾ ਜੀ ਇਹ ਤੁਹਾਡੇ ਲਈ ਹੋ ਰਿਹਾ ਤੇ ਜੇ ਤੁਹਾਨੂੰ ਹੀ ਨਾ ਦੱਸਿਆ ਆਹ ਜਿਹੜੇ ਬੈਠੇ ਆ ਦੇਖੋ ਜਿਹੜੇ ਉਹ ਬੈਠੇ ਆ ਧੁੱਪ ਦੇ ਵਿੱਚ ਉਹ ਵੀ ਤਾਂ ਬੈਠੇ ਹੀ ਆ ਸਾਰਿਆਂ ਨੂੰ ਕੁਰਸੀ ਚੰਗੀ ਲੱਗਦੀ ਆ ਬਾਈ ਜੀ ਬੇਨਤੀ ਆ ਇੱਧਰ ਵੀ ਜਿਹੜੇ ਮੇਰੇ ਭਰਾ ਤੁਹਾਨੂੰ ਵੀ ਹੱਥ ਬੰਨ ਕੇ ਬੇਨਤੀ ਬਾਈ ਇੱਥੇ ਮੈਚ ਨਹੀਂ ਹੋਣੇ ਫਿਰ ਯਾਰ ਔਖਾ ਹੋ ਜਾਣਾ ਜੋ ਤੁਹਾਨੂੰ ਦੇਖ ਕੇ 20 ਹੋਰ ਆਉਣਗੇ 20 ਨੂੰ ਦੇਖ ਕੇ 40 ਹੋਰ ਆਉਣਗੇ ਆਪਣਾ ਆਪਦਾ ਟੂਰਨਾਮੈਂਟ ਆ ਯਾਰ ਆਪਣਾ ਆਪਦਾ ਇੱਕ ਮਿੰਟ ਬਾਈ ਆਪਣਾ ਆਪਦਾ ਆਪਾਂ ਇਹਨੂੰ ਆਪਦਾ ਸਮਝ ਕੇ ਚੱਲਾਂਗੇ ਤਾਂ ਵਧੀਆ ਰਹੂਗਾ ਚੱਲ ਜੂਗਾ ਹੋ ਸਕਦਾ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਜੇ ਆਪਾਂ ਇੱਦਾਂ ਹੀ ਹੁੰਦਾ ਰਿਹਾ ਜਦੋਂ ਲੋਕ ਆਉਂਦੇ ਆ ਦੂਰੋਂ ਆਉਂਦੇ ਆ ਉਹਨਾਂ ਨੂੰ ਕਬੱਡੀ ਨਾ ਦਿਸੀ ਤੇ ਫਿਰ ਆਪਣਾ ਟੂਰਨਾਮੈਂਟ ਕਰਵਾਉਣ ਦਾ ਵੀ ਫਾਇਦਾ ਨਹੀਂ। ਪਲੀਜ਼ ਬੇਨਤੀ ਆ ਦੇਖੋ ਇਹਨੂੰ ਬੰਦ ਕਰ ਦਿਓ ਕੁਰਸੀਆਂ ਵਾਲੇ ਸਿਸਟਮ ਨੂੰ ਹਾਂ ਬਾਹਰਲੀ ਸਾਈਡ ਵਾਲਿਆਂ ਨੂੰ ਦੇ ਦਿਓ ਜਾਲ ਦੇ ਨਾਲ ਬਿਠਾ ਦਿਓ ਤਾਂ ਕਿ ਜਾਲ ਨੂੰ ਕੋਈ ਧੱਕਾ ਨਾ ਲਵੇ ਆਹ ਵੀ ਕੁਰਸੀਆਂ ਚੱਕ ਦਿਓ। ਹਾਂਜੀ ਦੋਦੇ ਦਾ ਸੰਦੀਪ ਜਿੱਥੇ ਆਵਾਜ਼ ਸੁਣਦਾ ਜਲਦੀ ਤੋਂ ਜਲਦੀ ਕੱਪੜੇ ਲਾ ਕੇ ਗਰਾਊਂਡ ਦੇ ਵਿੱਚ ਪੁੱਜੇ ਕੜਿਆਲ ਦੀ ਟੀਮ ਦੇ ਵਾਸਤੇ ਖੇਡੇਗਾ ਦੋਦੇ ਦਾ ਸੰਦੀਪ ਤੇ ਰੁਪਿੰਦਰ।
हाँ जी आ जाओ जी जल्दी दोनों टीम के खिलाड़ी ते करीहे की टीम दे के बेनती भी जल्दी आवे करीहे की टीम ते कबड्डी 365 वालों का मैच जिहड़ा खेडा जाएगा पेजा वाले की टीम के नाल सो इहदी टीम आ जिहड़ियां तैयारी फलन अगले मुकाबले हाँ जी जिहड़ा पेजा वालों का मैच होना पहला मैच लखे ख्याली की टीम का पेजा वालों का होगा जी 365 रन का मैच काले भुंदर की जी कमेंट्री वालों की टीम होगा जी भाई बढ़िया लगे तो एक बारी ताड़ी जोरदार मार दो भाई क्रीहे की टीम आ मैच जो हो गए दुबारा थोड़े मैच आ किन्ने मैच रह गए गेलू आ दो मैचों बाद थोड़ा दोनों दो मैच थोड़े आ फिर आप लगातार फाइनल करावे फिर जो जिदा भी होगा क्रीहा एक मिनट क्रीहे की टीम पानी है छो खड़ा हूं सही है वो तो भर दी आप बाल्टिया ना छिड़क भाजी क्रीहे बार बार बेनती हले तक नहीं पुजी क्रीहे की टीम बड़ी माड़ी गल है लगभग पांच तो सात जड़िया आवाजा दिखाई गई क्रीहे की टीम ने लेकिन कोई भी खिलाड़ी जरा ग्राउंड के नहीं पुजा यह बड़ी माड़ी गल है खिलाड़ियों के वास्ते सो मेरी बेनती है क्रीहे की टीम दे के कि वीर जी जल्दी तो जल्दी आप खेल मैदान के पुजांगे साडे जिथे दुआबे के स्टार खिलाड़ी खेलणगे क्रीहे के वास्ते उथे कड़ियाल की टीम के वास्ते पिंडलपण के जोत वर्गे दोजे के संदीप वर्गे दुनिया के मार ही खेलणगे सो बहुत ही तगड़ा मैच खेला जाएगा 80 किलो भार वर्ग तो क्रीहे को बेनती है भी जल्दी तो जल्दी आवे क्रीहा बाबा प्रेम दास कबड्डी क्लब क्रीहे की टीम से संदीप दोडे वाला साडा वीर बार बार बेनती है सुनील दे के जिथे भी साडा वीर वास होगा कपड़े ला के अपनी टीम के नाल संपर्क करे कड़ियाल दे वास्ते कबड्डियां पावेगा दोदे पड़दा संदीप हेलो सोमेर जी भाई बेनती है यार एक वीरा बन के जेड़े भाई उठना पैना भरा थोड़े अगे बेनती पैरी हथ ला देना यार कले कले दे होर तो कुछ नहीं कर सकते यार वीरा बन के यार थोड़े लिए आ सारा थोड़ा ही आ ना तो मेरा कले का ना इतने किसी का होर आ सारा थोड़ा ही आ बाबिया प्यार करते आने हाँ जा मैच तो बाद उठ खड़े प्रे प्लीज थोड़ी रिस्पोंसिबिलिटी है भाई जी थोनू भी बेनती है सिंह जी भाई थोड़ा ही आ यार है किदा यार आ भी भाई थोनू दसदा ना सारे है ताड़ी मार के दसो दसदा आ देख ला भाई सारे हूं तेरी देखने वाली आखी है नहीं तू ही की करे भाई बेनती है ठीक मेरे बाहर जाना पैना मैं तेरे पैरी हथ ला मेरा कले का नहीं यार मेरा टूरनामेंट नहीं मैं तो एक इतने सेवादार हाँ सेवा कर आया अपना फर्ज निभा रहा मनना मन नहीं तेरी मर्जी है प्लीज भाई जी बेनती है असी बेनती भीरे थोनू बेनती है प्लीज बाहरली साइड यार भाई जे इतने रश हो ही गया ना हुणी ते रात नूं 8-9 किहड़े वेले बजे ते आपां मैच किवें करवावांगे प्लीज बेनती है बाबा जी इधर भी मेरे वीर जिहड़े आ भाई अंकल प्लीज रिक्वेस्ट ही आ थोड़े अगे बेनती है भाई यार सारे अगे बेनती करके आए सारा इधरों खाली कराता उन्होंने मुंडे ने मैच तो बाद उठ खड़ना यार भाई सारी दुनिया बैठी है सारे नु जगह मिली है सारे ने बढ़िया प्रबंध किया हुआ बेनती है थोड़े अगे भाई ग्राउंड सिर्फ प्लेयर प्लेयर दिखाने ना कि असी आपदे आप नु दिखाउणा बेनती आ क्रीहा नहीं आई नहीं जी हले एक मिनट ला दो जी कट दो नहीं क्रीहा मनदीप भाजी क्रीहा नहीं आ रही दो मिनट का टाइम दे दो जी नहीं कट दो दोदे वाला रुपिंदर आ जाए जी तो संदीप दोदे वाला प्लीज एक बेनती असी ग्राउंड क्लीयर रखना असी संगत नूं प्लेयर दिखाने ते बेनती आ ये पहला भी बेनती की है सारा थोड़े ही आ ये थोड़े करके किया थोड़ा ही आ बई आपदा समझोगे तो फिर ही आ ते ये नहीं समझोगे तो थोनू पता ही है बेनती आ बेनती ही कर सकते हैं पानी छिड़क दो जी क्रीहे की टीम दो मिनट का टाइम है क्रीहे दो मिनट दिता जा रहा क्रीहे की टीम दे के जेकर दो मिनट के बीच में टीम पुजगी ठीक है फुल पानी छड़ दी जाएगी फुल पानी छड़ दे फुल क्रीहा बाबा प्रेम दास कबड्डी क्लब क्रीहे नूं बार बार बेनती है ये बाजा मारियां बुला कई बार मैं किसी ने मेरी गल ना सुनी
ਇਹ ਵਾਜਾ ਮਾਰੀਆਂ ਬੁਲਾ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਕਰੀਫੇ ਨੂੰ ਇਹ ਲਾਸਟ ਹਾਂਜੀ ਸਾਡੇ ਕਿਸੇ ਮੇਰੇ ਵੀਰ ਦੀ ਮੋਟਰਸਾਈਕਲ ਦੀ ਜੇ ਕਿਸੇ ਵੀਰ ਦੀ ਜਾਬੀ ਡਿੱਗੀ ਹੋਵੇ ਓਮ ਲਿਖਿਆ ਛੱਲੇ ਦੇ ਉੱਪਰ ਤੇ ਸਾਡੇ ਵੀਰ ਦੇ ਕੋਲ ਫੜੀ ਆ ਮਿਹਰਬਾਨੀ ਕਰਕੇ ਆਪਣੀ ਚਾਬੀ ਜਿਹੜੀ ਆ ਉਹ ਹਾਸਲ ਕਰ ਲਵੇ ਤੇ ਕਰੀਫੇ ਨੂੰ ਵਾਰ ਵਾਰ ਬੇਨਤੀ ਆ ਵੀ ਜਲਦੀ ਆਵੇ ਦੋਧਿਆਂ ਦੇ ਸੰਦੀਪ ਨੂੰ ਬੇਨਤੀ ਆ ਰੁਪਿੰਦਰ ਨੂੰ ਵੀ ਸਾਡੇ ਵੀਰ ਜਿਹੜੇ ਆਡੇ ਜਲਦ ਗਰਾਊਂਡ ਦੇ ਵਿੱਚ ਸਾਰੇ ਕਬੱਡੀ ਦੇ ਕੋਚਾਂ ਦਾ ਖਿਡਾਰੀਆਂ ਦਾ ਦਰਸ਼ਕਾਂ ਦਾ ਧੰਨਵਾਦ ਹੈ ਕਿ ਤੇਰਾ ਨਕੋਦਰ ਸ਼ਹਿਰ ਮਹਾਨ ਕੋੜੇ ਦੁਆਬੇ ਦੀ ਨਿਜਾਨ ਕੋੜੇ ਕਿ ਅੰਧੀਆਂ ਨੂੰ ਤਰਸੇਗੀ ਕੁੜੇ ਛੱਡ ਕੇ ਦੇਸ਼ ਦੁਆਬਾ ਬੋਲਦੇ ਤਾਂ ਅਕਸਰ ਆ ਲੇਕਿਨ ਬੋਲਣ ਦਾ ਪਹਿਲੀ ਵਾਰੀ ਇਸ ਨਕੋਦਰ ਦੀ ਸਰਜ਼ਮੀਨ ਦੇ ਉੱਪਰ ਮੌਕਾ ਮਿਲਿਆ ਧੰਨਵਾਦ ਹੈ ਮੈਂ ਸਾਥੀ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਜੋ ਆਪੋ ਆਪਣੀਆਂ ਸਲਾਮਾਂ ਲੈ ਕੇ ਪੁੱਜੇ ਹੋਏ ਨੇ ਜਿਨ੍ਹਾਂ ਨੇ ਹਾਜ਼ਰੀ ਲਵਾ ਦਿੱਤੀ ਹੈ ਜਾਂ ਜਿਨ੍ਹਾਂ ਨੇ ਲਵਾਉਣੀ ਹੈ ਸਾਰਿਆਂ ਦਾ ਇੱਥੇ ਧੰਨਵਾਦ ਹੈ ਪੁੰਨੂ ਸਾਡਾ ਵੀਰ ਗੁਗਰੇ ਵਾਲਾ ਜਿੱਥੇ ਆਵਾਜ਼ ਸੁਣਦਾ ਉਹ ਵੀ ਜਲਦੀ ਆਵੇ ਪੁੰਨੂ ਗੁਗਰੇ ਵਾਲਾ ਹੈ ਘੜਿਆਲ ਦੀ ਟੀਮ ਦੇ ਵਾਸਤੇ ਖੇਡੇਗਾ ਦੁਨੀਆ ਵਾਲਿਓ ਇਹ ਜਿਹੜਾ ਮੁਕਾਬਲਾ ਇਹਨਾਂ ਹੈ ਇੱਕ ਪਾਸੇ ਦੁਆਬੇ ਦੀ ਕਰੀਮ ਹੈ ਤੇ ਦੂਸਰੇ ਪਾਸੇ ਮਾਲਵੇ ਦੀ ਕਰੀਮ ਹੈ ਠੀਕ ਹੈ ਜੀ ਠੀਕ ਹੈ ਔਰ ਇੱਕ ਬੇਨਤੀ ਹੈ ਸਾਰੇ ਖਿਡਾਰੀਆਂ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਐਕਟਿਵ ਨਹੀਂ ਉਹ ਮਿਹਰਬਾਨੀ ਕਰਕੇ ਬਾਕਸ ਤੋਂ ਬਾਹਰਲੇ ਪਾਸੇ ਖੜਨਗੇ ਹਾਂਜੀ ਜਿਹੜੇ ਖਿਡਾਰੀਆਂ ਨੇ ਰੇਡ ਪਾਉਣੀ ਆ ਉਹ ਬਾਕਸ ਦੇ ਵਿੱਚ ਰਹਿਣ ਹਾਂਜੀ ਰੁਪਿੰਦਰ ਅਲੀ ਅਲੀ ਸਾਰਿਆਂ ਦੀ ਇੰਟਰੋਡਕਸ਼ਨ ਕਰਾ ਦੇ ਬੰਦਿਆਂ ਦੀ ਜਿਹੜੇ ਆਏ ਆ ਮੁੰਡੇ ਪਲੇਅਰ ਫਰਿਆਦ ਆਇਆ ਕੁਲਪ੍ਰੀਤ ਆਇਆ ਮੋਟਾ ਕੋਕਿਆਲਾ ਅਮਨਾ ਸੋਰੀ ਮੋਟਾ ਹੋਰ ਜਿਹਨੇ ਹਨੀ ਭੰਡਾਲ ਸਾਰੇ ਮੁੰਡਾ ਪੰਡਿਤ ਰੋੜੀਆਂ ਸਾਰੇ ਪਲੇਅਰ ਜਿਹੜੇ ਟੌਪ ਕਲਾਸ ਆਏ ਆ 80 ਕਿਲੋ ਦੇ ਤੇ ਮਨਪ੍ਰੀਤ ਹੋਣੀ ਇਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਖਿੱਚ ਕੇ ਤਾੜੀ ਵਾਲੇ ਇੱਕ ਪਾਸੇ ਦੁਆਬਾ ਤੇ ਦੂਸਰੇ ਪਾਸੇ ਮਾਲਵਾ ਤਗੜਾ ਮੈਚ ਤੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਦੱਸੀ ਬਈ ਮਾਲਵੇ ਦੀ ਵੀ ਕਰੀਮ ਹੈ ਤੇ ਦੁਆਬੇ ਦੀ ਵੀ ਕਰੀਮ ਹੈ ਤੇ ਦੋਧੇ ਦੇ ਸੰਦੀਪ ਦੇ ਅੱਗੇ ਬੇਨਤੀ ਵੀ ਉਹ ਜਲਦੀ ਆ ਜਾਵੇ ਦੋਧੇ ਦਾ ਸੰਦੀਪ ਬਹੁਤ ਤਗੜਾ ਮੈਚ ਖੇਡਿਆ ਜਾਵੇਗਾ ਕਿ ਕੁੰਡੀਆਂ ਦੇ ਸਿੰਘ ਫਸਣੇ ਕੋਈ ਨਿੱਤ ਨੂੰ ਬੜੇ ਨੇ ਖਾਣੀ ਕਿ ਕੁੰਡੀਆਂ ਦੇ ਸਿੰਘ ਫਸਣੇ ਕੋਈ ਨਿੱਤ ਨੂੰ ਬੜੇ ਨੇ ਖਾਣੀ ਸ਼ਕਰਪ੍ਰੀਆ ਫਰਿਆਦ ਨਾਲ ਜਗਦੇ ਵੀ ਹਨੀ ਭੰਡਾਲ ਵਰਗੇ ਹੈਲੋ ਇੱਕ ਮਿੰਟ ਵੀਰੇ ਸੋਰੀ ਯਾਰ ਬਾਬਾ ਬਾਈ ਜੀ ਪੰਜਾਬ ਪੁਲਿਸ ਅੰਕਲ ਜੀ ਬੇਨਤੀ ਹੈ ਤੁਸੀਂ ਇੱਥੇ ਪਲੀਜ਼ ਡਿਊਟੀ ਦੇ ਦਿਓ ਕਿਉਂਕਿ ਇੱਥੋਂ ਕੋਈ ਵੀ ਬੰਦਾ ਵਾਧੂ ਨਾ ਕੋਈ ਨਾ ਖੜੇ ਨਾ ਕੋਈ ਪਲੇਅਰ ਤੋਂ ਬਿਨਾਂ ਕਿਸੇ ਨੂੰ ਆਉਣ ਦਿਓ ਵੀਰ ਜੀ ਬੇਨਤੀ ਆ ਹਾਂ ਸੇਵਾਦਾਰ ਵੀ ਹੈਗੇ ਪਰ ਹਾਂ ਜਿੱਦਾਂ ਵੀ ਆ ਬੇਨਤੀ ਆ ਕਿਉਂਕਿ ਗਰਾਊਂਡ ਦੇ ਵਿੱਚ ਆਪਾਂ ਰਸ਼ ਨਹੀਂ ਹੋਣ ਦੇਣਾ ਤਰਨ ਯੋਧਾ ਤੇ ਮਾਨਕ ਯੋਧਾ ਸਾਡੇ ਵੀਰ ਆਪਣੀਆਂ ਦੋ ਟੀਮਾਂ ਲੈ ਕੇ ਪਹੁੰਚੇ ਇੱਕ ਮਾਨਕੀ ਦੀ ਟੀਮ ਤੇ ਇੱਕ ਯੋਧਾ ਦੀ ਟੀਮ ਉਹਨਾਂ ਦੋਨੋਂ ਟੀਮਾਂ ਦੇ ਵਿੱਚ ਸਟਾਰ ਪਲੇਅਰ ਖੇਡਣਗੇ ਤੇ ਗਰਾਊਂਡ ਆਪਾਂ ਕਲੀਅਰ ਰੱਖਣਾ ਗਰਾਊਂਡ ਦੇ ਵਿੱਚ ਰਸ਼ ਨਹੀਂ ਪੈਣ ਦੇਣਾ ਗਰਾਊਂਡ ਕਲੀਅਰ ਤੇ ਗਰਾਊਂਡ ਦੇ ਜਿਹੜੇ ਰੂਲਸ ਨੇ ਉਹ ਵੀ ਸੁਣ ਲੈਣਾ ਸਾਡੇ ਰੈਫਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿਹੜੀ ਸੈਂਟਰ ਲਾਈਨ ਹੈ ਇਹ ਫਾਸਟ ਟੱਚ ਹੈ ਤੇ ਬਾਹਰਲੀਆਂ ਜਿਹੜੀਆਂ ਲਾਈਨਾਂ ਨੇ ਇਹ ਲਿੰਕ ਸਿਸਟਮ ਹੈ ਬਹੁਤ ਤਗੜਾ ਮੈਚ ਹੈ ਦੋਵਾਂ ਟੀਮਾਂ ਦੇ ਵਿਚਕਾਰ ਖਿਡਾਰੀ ਬਿਲਕੁਲ ਤਿਆਰ ਬਰ ਤਿਆਰ ਨੇ ਅਲੀ ਇੱਕ ਬੇਨਤੀ ਕਰ ਰਹੇ ਹਾਂ ਵੀ ਬਾਕਸ ਦੇ ਵਿੱਚੋਂ ਕੋਈ ਵੀ ਪਲੇਅਰ ਬਾਹਰ ਨਹੀਂ ਆਊਗਾ ਬਈ ਬੇਨਤੀ ਆ ਇੱਧਰ ਦੋਧੇ ਦੀ ਟੀਮ ਹੈ ਨਾ ਇਹਨਾਂ ਨੂੰ 20.5 ਪੁਆਇੰਟ ਦੇਣੇ ਆ 20.5 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਇਸ ਮੈਚ ਦੀ ਜੇਤੂ ਟੀਮ ਹੋਊਗੀ ਇੱਧਰ ਬੇਨਤੀ ਆ ਟੀਮ ਨੂੰ ਹਨੀ ਪਲੀਜ਼ ਆਪਾਂ ਕੋਈ ਵੀ ਮੇਰਾ ਵੀਰ ਬਾਹਰ ਨਾ ਜਾਵੇ ਬਾਕਸ ਤੋਂ ਰਿਕੁਐਸਟ ਹੈ ਹਨਾ ਤੇ ਇੱਧਰੋਂ ਦੂਜੀ ਦੋਧੇ ਦੀ ਟੀਮ ਨੂੰ ਜਿਹੜਾ ਪਾਣੀ ਵਾਲੇ ਖਾਲੀ ਗਲਾਸ ਹੁੰਦੇ ਆ ਨਾ ਉਹ ਪਲੀਜ਼ ਚੱਕ ਕੇ ਪਲੇਅਰਾਂ ਨੂੰ ਆਪ ਦੀ ਬੇਨਤੀ ਆ ਵੀ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਈਏ ਆਪਾਂ ਗਰਾਊਂਡ ਦੇ ਵਿੱਚ ਗੰਦ ਨਹੀਂ ਪੈਣ ਦੇਣਾ ਗਰਾਊਂਡ ਬਿਲਕੁਲ ਕਲੀਅਰ ਰੱਖਾਂਗੇ ਕਿਉਂਕਿ ਕਲੀਅਰ ਗਰਾਊਂਡ ਹੋਵੇਗੀ ਤੇ ਸਾਰਾ ਦੁੱਗਣਾ ਆਵੇਗਾ ਚਾਰ ਸ਼ਵੀਲਾਂ ਲੱਗੀਆਂ ਹੋਈਆਂ ਜੀ ਸੰਗਤ ਦੇ ਲਈ ਜਿਹੜਾ ਪਾਣੀ ਆ ਉਹ ਡੇਰੇ ਤੇ ਬਾਹਰ ਡੇਰੇ ਦੇ ਸ਼ਵੀਲਾਂ ਲੱਗੀਆਂ ਹੋਈਆਂ ਪਲੀਜ਼ ਉਹ ਤੁਹਾਡੇ ਲਈ ਪਾਣੀ ਉੱਥੇ ਆ ਇਹ ਪਾਣੀ ਆ ਜਿਹੜਾ ਪਲੇਅਰਾਂ ਲਈ ਆ ਸਿਰਫ ਤੋਰ ਲਾ ਭਾਜੀ ਮੜੀ ਹਰ ਇਧਰਲੇ ਪਾਸੇ ਗੱਲ ਕਰੀਏ ਇੱਕ ਪਾਸੇ ਫਰਿਆਦ ਦੇ ਜੱਫਿਆਂ ਦੇ ਉੱਪਰ ਦੁਨੀਆ ਤਾੜੀ ਮਾਰੇਗੀ ਤੇ ਇੱਕ ਪਾਸੇ
ਮੋਟੇ ਦੇ ਜਫਿਆਂ ਦੇ ਪਰਪਿੰਦਰ ਵੀਰ ਲੋਕਾਂ ਨੇ ਤਾੜੀਆਂ ਮਾਰਨੀਆਂ ਕਿਉਂਕਿ ਸਾਡੇ ਏਰੀਏ ਦੇ ਸਾਡੀ ਮਾਂ ਖੇਡ ਕਬੱਡੀ ਦੇ ਚੜ੍ਹਦੇ ਅਵਰੇਜ ਦੇ ਹੀਰੇ ਨੇ ਜਿਹੜੇ ਹੁਣ ਖੇਡਣ ਨੂੰ ਜਾ ਰਹੇ ਨੇ ਇੱਕ ਪਾਸੇ ਕਟਿਆਲ ਤੇ ਦੂਸਰੇ ਪਾਸੇ ਬਾਬਾ ਪ੍ਰੇਮ ਦਾਸ ਕਬੱਡੀ ਕਲੱਬ ਕਰੀਹੇ ਦੀ ਟੀਮ ਹੈ। ਇਹ ਦੋਵੇਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬ ਤਿਆਰ ਖਿਡਾਰੀ ਬਿਲਕੁਲ ਆਪਣੇ ਆਪ ਨੂੰ ਵਾਰਮ ਅਪ ਕਰ ਰਹੇ ਨੇ। ਬੜੀ ਸ਼ਿੱਦਤ ਦੀ ਗਰਮੀ ਹੈ ਤੇ ਸ਼ਿੱਦਤ ਦੀ ਗਰਮੀ ਦੇ ਵਿੱਚ ਖਿਡਾਰੀ ਜਿਹੜੇ ਇੱਕ ਦੂਸਰੇ ਦੇ ਨਾਲ ਭਿੜਨ ਦੇ ਲਈ ਬਿਲਕੁਲ ਤਿਆਰ ਬ ਤਿਆਰ ਨੇ। ਜਿੱਥੇ ਕਬੱਡੀ 365.com ਲਾਈਵ ਦਿਖਾ ਰਹੀ ਹੈ ਉੱਥੇ ਸਾਡਾ ਵੀਰ ਕਮਲਪ੍ਰੀਤ ਮਹਿਲਕਲਾਂ ਬਰਨਾਲਾ ਸਟੂਡੀਓ ਕਮਲਪ੍ਰੀਤ ਸਟੂਡੀਓ ਮਹਿਲਕਲਾਂ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਇਹਨਾਂ ਮੈਚਾਂ ਨੂੰ ਸਾਰੇ ਮੇਲੇ ਨੂੰ ਬੰਦ ਕਰ ਰਿਹਾ। ਅਸੀਂ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਮਲਪ੍ਰੀਤ ਹੋਰ ਤਾਂ ਨਹੀਂ ਕੋਈ ਆਪਣਾ ਭਰਾ ਆਇਆ? ਹਾਂ, ਜਿਹੜਾ ਵੀ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪੰਜਾਬ ਪੁਲਿਸ ਦਾ ਸੇਵਾਦਾਰਾਂ ਦਾ ਇੱਕ ਬੇਨਤੀ ਇਹੀ ਰਹੂਗੀ ਵਾਰ ਵਾਰ ਵੀ ਗਰਾਊਂਡ ਕਲੀਅਰ, ਆਪਾਂ ਸੰਗਤ ਨੂੰ ਕਬੱਡੀ ਵਿਖਾਉਣੀ ਆ, ਕਬੱਡੀ ਵਿਖਾਉਣੀ ਆ। ਦੇਰ ਰਾਤ ਤੱਕ ਬਾਈ 9 ਵਜੇ ਤੱਕ ਜਿਹੜੇ ਮੈਚ ਆਪਾਂ ਕਰਵਾਉਣੇ ਆ, ਆਪਾਂ ਜਦੋਂ ਥੋੜਾ ਦਿਨ ਦਾ ਛਪਾ ਜਿਹਾ ਹੁੰਦਾ 4 ਵਜੇ ਆਪਾਂ ਕਬੱਡੀ ਆਲ ਓਪਨ ਦਾ ਪਹਿਲਾ ਮੈਚ ਮਨਦੀਪ ਭਾਜੀ 4 ਵਜੇ ਆਪਾਂ ਪਹਿਲਾ ਮੈਚ ਸ਼ੁਰੂ ਕਰਵਾ ਦੇਣਾ। ਟੀਮਾਂ ਆ ਗਈਆਂ ਆਪਣੇ ਕੋਲ, ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜੋ ਸੰਗਤ ਇਸ ਖੇਡ ਮੇਲੇ ਨੂੰ ਦੇਖ ਰਹੀ ਹੈ। ਥੋੜੀ ਤੇਜ਼ ਕਰ ਲਾ ਬਾਈ, ਹਰ ਲੋਕਾਂ ਨੂੰ ਬੜਾ ਚਾਅ ਹੈ ਇਹ ਮੈਚ ਦੇਖਣ ਦਾ, ਬੜਾ ਇੰਤਜ਼ਾਰ ਕਰਵਾਇਆ ਇਸ ਮੈਚ ਨੇ ਤੇ ਦੋਵੇਂ ਟੀਮਾਂ ਜਿਹੜੀਆਂ ਹੁਣ ਬਿਲਕੁਲ ਤਿਆਰ ਨੇ। ਚੋਟੀ ਦੇ ਪਲੇਅਰ ਨੇ 80 ਕਿਲੋ ਭਾਰ ਵਰਗਾ, ਸਾਰੇ ਜਿਹੜੇ ਪਲੇਅਰ ਨੇ ਬੜੇ ਸ਼ਾਰਪ ਨੇ, ਇੱਕ ਦੂਸਰੇ ਦੇ ਨਾਲ ਸਿਰੇ ਦੀ ਟੱਕਰ ਖੇਡੇਗੀ। ਇੱਕ ਪਾਸੇ ਗੱਲ ਕਰੀਏ ਜੋਤ ਪਿੰਡਰ ਵਰਗੇ, ਰੌੜੀਆਂ ਦੇ ਪੰਡਤ ਵਰਗੇ, ਸਦੀਕ ਵਰਗੇ, ਬਲੂਕ ਵਰਗੇ, ਟਾਂਡੀਪੁਰ ਦੇ ਜੱਗੇ ਵਰਗੇ, ਸਾਰੇ ਜਿਹੜੇ ਖਿਡਾਰੀ ਜਿਹੜੇ ਬਿਲਕੁਲ ਤਿਆਰ ਨੇ ਤੇ ਟੱਕਰ ਜਿਹੜੀ ਦੋਵਾਂ ਟੀਮਾਂ ਦੇ ਵਿਚਕਾਰ ਪੂਰੀ ਬਰੋਬਰ ਦੀ ਹੈ। ਕੋਈ ਪਤਾ ਨਹੀਂ ਕਿਹੜੀ ਟੀਮ ਨੇ ਬਾਜੀ ਮਾਰ ਲੈਣੀ ਹੈ ਇਸ ਮੁਕਾਬਲੇ ਦੇ ਵਿੱਚ, ਕਿ ਕਿਤਾਬ ਤਾਂ ਹਰੇਕ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ, ਜੋ ਧਰਤੀ ਨੂੰ ਭੁੱਲ ਜਾਂਦਾ ਅਸਮਾਨ ਵਿੱਚ ਟਿਕਦਾ ਨਹੀਂ। ਬਲਜਾ ਚਿਰਬਾਲਾ ਇਹ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ, ਇਹ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ। ਅੱਜ ਕਿਹੜੇ ਖਿਡਾਰੀਆਂ ਦਾ ਜਿਹੜਾ ਨਾਮ ਚੱਲੇਗਾ ਇਸ ਮੁਕਾਬਲੇ ਦੇ ਵਿੱਚ, ਬਈ ਨਕੋਦਰ ਦੇ ਵਿੱਚ ਖੇਡ ਮੇਲਾ ਹੋਇਆ ਲੋਕੀ ਗੱਲਾਂ ਕਰਨਗੇ, ਬਈ ਮਾਲਵੇ ਦੀ ਕਟਿਆਲ ਦੀ ਟੀਮ ਖੇਡੀ ਸੀ, ਮਾਲਵੇ ਦੇ ਪ੍ਰਸਿੱਧ ਖਿਡਾਰੀ ਖੇਡੇ ਸਨ, ਤੇ ਕਰੀਹੇ ਦੀ ਟੀਮ ਖੇਡੀ, ਦੁਆਬੇ ਦੇ ਪ੍ਰਸਿੱਧ ਜਿਹੜੇ ਖਿਡਾਰੀ ਸਾਡੇ ਕਰੀਹੇ ਵਾਲੇ ਵੀਰ ਉਹਨਾਂ ਦੀ ਅਗਵਾਈ ਦੇ ਹੇਠ ਖੇਡੇ ਨੇ, ਸਾਡੇ ਨੇਕ ਉਹਨਾਂ ਦਾ ਵੀ ਧੰਨਵਾਦ ਹੈ। ਵੀਰ ਕਰੀਹਾ ਸਾਡਾ ਵੀਰ ਆਪਣੀ ਟੀਮ ਨੂੰ ਲੈ ਕੇ ਪਹੁੰਚਿਆ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਬੜਾ ਪਿਆਰ ਆ ਮਨਦੀਪ ਭਾਈ ਉਹਨਾਂ ਦੇ ਨਾਲ, ਉਹਦਾ ਵੀਰ ਸਾਡਾ ਵੀਰ ਕਰੀਹੇ ਤੋਂ। ਹਾਂਜੀ, ਭੀਸ਼ਾ ਦੋਤੇ ਵਾਲਾ ਭੀਸ਼ਾ ਉਹ ਗਰਾਊਂਡ ਦੇ ਵਿੱਚ ਪਹੁੰਚਿਆ, ਜੇ ਸਤਨਾਮ ਡੱਗੋ ਰਮਾਣੇ ਵਾਲਾ ਪਹੁੰਚਿਆ ਹੋਵੇ ਤਾਂ ਉਹ ਗਰਾਊਂਡ ਦੇ ਵਿੱਚ ਆਵੇ, ਸਤਨਾਮ ਡੱਗੋ ਰਮਾਣੇ ਵਾਲਾ। ਆਓ ਜੀ ਵੀਰਾ ਜੀ ਰੈਲ ਮਾਜਰਾ। ਸੋ ਸਾਡੇ ਵੀਰ ਰੁਪਿੰਦਰ ਜਲਾਲ ਜੀ, ਜਿੱਥੇ ਸਾਡਾ ਵੀਰ ਬਹੁਤ ਹੀ ਵਧੀਆ, ਜਿਸ ਵੀਰ ਨੇ ਪੂਰੇ ਪੰਜਾਬ ਦਾ ਨਾਮ ਦੁਨੀਆਂ ਦੇ ਵਿੱਚ ਰੋਸ਼ਨ ਕੀਤਾ, ਸਾਈਆਂ ਦੀ ਅਪਾਰ ਕਿਰਪਾ ਹੈ, ਸਰੀਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੈ, ਸੱਜ ਇਸ ਨਕੋਦਰ ਦੇ ਕਬੱਡੀ ਕੱਪ ਦੇ ਵਿੱਚ ਬੜਾ ਸ਼ਾਨਦਾਰ ਜਿਹੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਸ਼ੁਰੂ ਹੋਣ ਜਾ ਰਿਹਾ, ਜਿਸ ਦੇ ਵਿੱਚ ਇੱਕ ਪਾਸੇ ਸੰਤ ਬਾਬਾ ਪ੍ਰੇਮ ਦਾਸ ਜੀ ਸਪੋਰਟਸ ਕਲੱਬ ਕਰੀਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਟੀ ਦੀ ਟੀਮ ਹੈ, ਵੀਰ ਕਰੀਹੇ ਵਾਲੇ ਜੀ ਜਿਨ੍ਹਾਂ ਦੇ ਸਟਾਰ ਖਿਡਾਰੀ ਜਾਣੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਕਬੱਡੀਆਂ ਪਾਈਆਂ, ਜਫੇ ਲਾਏ। ਦੂਜੇ ਪਾਸੇ ਕੰਡਿਆਲ ਜ਼ਿਲ੍ਹਾ ਮੋਗਾ ਹੈ, ਜਿਨ੍ਹਾਂ ਦੇ ਸਟਾਰ ਖਿਡਾਰੀ ਮਾਲਵੇ ਦੇ ਚੋਟੀ ਦੇ ਪਹੁੰਚੇ ਨੇ ਇਸ ਟੀਮ ਦੇ ਵਿੱਚ। ਸਾਡੇ 19-20 ਟੀਮਾਂ ਨੋਟ ਕਰਨਗੀਆਂ, ਕਿਉਂਕਿ ਦਰਸ਼ਕ ਵੀ ਉਹ ਮਾਣ ਵਾਲੀ ਗੱਲ ਹੈ ਜਿਸ ਅਸੀਂ ਧਰਤੀ ਦੇ ਉੱਤੇ ਖੜੇ ਆ। ਯੱਗ ਜੇਤੂ ਖਿਡਾਰੀਆਂ ਦਾ ਏਰੀਆ, ਕਬੱਡੀ ਦੇ ਸਟਾਰ ਖਿਡਾਰੀਆਂ ਦਾ ਏਰੀਆ, 5 ਵਰਲਡ ਕਬੱਡੀ ਕੱਪ ਹੋਏ ਨੇ, 9 ਜਿਹੜੇ ਟਰੈਕਟਰ ਨੇ ਇਸ ਏਰੀਏ ਦੇ ਖਿਡਾਰੀਆਂ ਨੇ ਜਿੱਤੇ ਹੈ, ਇੱਕ ਟਰੈਕਟਰ ਜਿਹੜਾ ਇੱਕ ਮਠੂਰ ਨੇ ਜਿੱਤਿਆ। ਕਬੱਡੀ ਗਾਉਣ ਦੇ ਵਾਸਤੇ ਇਹ ਅਮਨ ਇਹਦੀ ਪਹਿਲੀ ਰੇਡ ਪੈਂਦੀ ਹੋਈ ਕਿ
ਮੱਥਾ ਟੇਕ ਯਾਰੋ ਜਦੋਂ ਪਹਿਲੀ ਰੇਡ ਪਾਈ ਹੋਵੇ ਲਾ ਪਹਿਲੀ ਰੇਡ ਦੇ ਉੱਪਰ ਇੱਕ ਪਾਸੇ ਫਰਿਆਦ ਨਾਲ ਮਖੜੂ ਤੇ ਨਾਲ ਮਲੂਕ ਤੇ ਨਾਲ ਦੇਖਾਂਗੇ ਵੀ ਮਨਪ੍ਰੀਤ ਲਿਖਦੇ ਵਾਲੇ ਪਾਸੇ ਇਬਨ ਦੀ ਧਰਤੀ ਵਾਲਾ ਮਖੜੂ ਪਹਿਲੀ ਕਬੱਡੀ ਦੇ ਉੱਪਰ ਪਹਿਲਾ ਜੱਫਾ ਲਾ ਕੇ ਕਰਾਉਂਦਾ ਹੋਇਆ ਪੂਰੀ ਬੱਲੇ ਬੱਲੇ ਸਮਾਂ ਜਿਹੜਾ ਦੀਦਾ ਜਾ ਰਿਹਾ ਤੇ ਪੁਆਇੰਟ ਦੁਆਬੇ ਵਾਸਤੇ ਖਿੱਚ ਕੇ ਤਾੜੀ ਮਾਰਦੇ ਜਿਹੜੇ ਦੁਆਬੇ ਦੇ ਦਰਸ਼ਕ ਨੇ ਪਾਗਲੀ ਕਬੱਡੀ ਨੌਜਵਾਨਾਂ ਮੈਦਾਨ ਦੇ ਵਿੱਚ ਜੱਗੇ ਦੇ ਸੀ ਆਉਂਦੀ ਹੋਈ ਜੱਗਾ ਟਾਂਡੀ ਵਾਲਾ ਬ੍ਰਹਮਵਾਲ ਦੇ ਕੋਲ ਕਰਕੇ ਪਿੰਡ ਹੈ ਇਸ ਨੌਜਵਾਨ ਦਾ ਜੋ ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਲੈ ਵੀ ਕਰੀ ਗੱਲ ਇਸ ਨੌਜਵਾਨ ਦੀ ਜੱਗੇ ਦੀ ਰੇਡ ਪੈਂਦੀ ਹੋਈ ਜੱਗਾ ਟਾਂਡੀ ਵਾਲਾ ਜਿਹੜੇ ਹੁਸ਼ਿਆਰਪੁਰ ਦਾ ਕਹਿੰਦੇ ਦੁਆਬੇ ਦਾ ਏਰੀਆ ਨੌਜਵਾਨ ਦਾ ਅੰਬਾਂ ਦਾ ਏਰੀਆ ਹੈ ਦੁਆਬੇ ਦੀ ਧਰਤੀ ਹੈ ਜਿਹੜੀ ਮਹਾਨ ਧਰਤੀ ਹੈ ਜੱਗਾ ਟਾਂਡੀ ਵਾਲਾ ਮਦਰਾ ਜਾ ਕੱਦ ਭਰਵਾਂ ਜਿਸਾ ਦੂਜੇ ਪਾਸੇ ਵੀ ਤਾਰੀਆਂ ਮਾਰਦੇ ਕਹਿੰਦੇ ਮੋਟਾ ਕੰਕਿਆਂ ਵਾਲਾ ਮਾਲੀਏ ਮਾਲਵੇ ਏਰੀਏ ਦਾ ਦੁਨੀਆ ਦਾ ਨੰਬਰ ਵਨ ਖਿਡਾਰੀ ਹੈ ਤਾਰੀਆਂ ਜ਼ਰੂਰ ਮਾਰਦੇ ਇੱਕ ਵਾਰੀ ਕਿਉਂਕਿ ਹਾਂਜੀ ਸੌਰੀ ਜੀ ਜਿਸ ਵੀਰ ਦੇ ਕੋਲ ਵੇਟ ਵਾਲੀ ਮਸ਼ੀਨ ਹੈ ਜਿਸ ਦੇ ਉੱਪਰ ਵਜ਼ਨ ਕੀਤਾ ਜਾ ਰਿਹਾ ਖਿਡਾਰੀਆਂ ਦਾ ਮਿਹਰਬਾਨੀ ਕਰਕੇ ਉਹ ਸਟੇਜ ਦੇ ਲਾਗੇ ਲੈ ਆਓ ਸਾਡਾ ਵੀਰ ਲੈ ਵੀ ਜੋਧ ਦੀ ਕਬੱਡੀ ਹੈ ਇਹ ਮਾਲਵੇ ਦਾ ਪ੍ਰਸਿੱਧ ਰੇਡਰ ਹੈ ਸੰਦੀਪ ਦੋਦੇ ਵਾਂਗਰਾ ਬੜਾ ਤੇਜ਼ ਲੇਕਿਨ ਉਹਦੇ ਪਾਸੇ ਫਰਿਆਦ ਨਹੀਂ ਜਫਾ ਲਾ ਸਕਿਆ ਤੇ ਪੁਆਇੰਟ ਰੇਡਰ ਦੇ ਸੇ ਜੁੜਦਾ ਹੋਇਆ ਚੱਲ ਵੀ ਪੰਡਿਤ ਪਾਗਲੀ ਕਬੱਡੀ ਨੌਜਵਾਨਾਂ ਮਾਰਦੇ ਕਰੀ ਕਹਿੰਦੇ ਜਾ ਪੰਡਿਤ ਕਬੱਡੀ ਖੇਡਦੇ ਰਹੀ ਜੇ ਖੇਡਦੇ ਆ ਫਿਰ ਬੱਲੇ ਬੱਲੇ ਕਰਵਾ ਦੇ ਤਾੜੀਆਂ ਮਾਰ ਦਿਓ ਪੰਡਿਤ ਦੇ ਨਾਂ ਤੇ ਇੱਕ ਵਾਰੀ ਕਾਰੀ ਸਾਰੀ ਦੇ ਲਾਗੇ ਕਹਿੰਦੇ ਰੌੜੀਆਂ ਨਗਰਾ ਨੌਜਵਾਨ ਦਾ ਮੀਰੀ ਪੀਰੀ ਸਪੋਰਟ ਸਲੱਬ ਕਪੂਰਥਲਾ ਵਿੱਚ ਤੱਕਣੀਆਂ ਕਬੱਡੀਆਂ ਪਾਉਣ ਵਾਲਾ ਮੁੱਠੀ ਪਰ ਸਰੀਰ ਬੱਲੇ ਬੱਲੇ ਕਰਵਾਉਣ ਵਾਲਾ ਪੰਡਿਤ ਜਿਹੜੇ ਹੁਸ਼ਿਆਰਪੁਰ ਦਾ ਮਾਣ ਅੱਜ ਸੰਤ ਬਾਬਾ ਪ੍ਰੇਮ ਦਾ ਸਪੋਰਟਸ ਕਲੱਬ ਕਰੀਹੇ ਦੇ ਲਈ ਕਬੱਡੀ ਇਸ ਨੌਜਵਾਨ ਦੀ ਜਿਹੜੀ ਪੈ ਚੁੱਕੀ ਹੈ ਅੰਕ ਜਿਹੜਾ ਪੰਡਿਤ ਦੇ ਹਿੱਸੇ ਹੈ ਔਰ ਇਧਰਲੇ ਪਾਸੇ ਸਾਡਾ ਵੀਰ ਅੰਬਾ ਬਲ ਐਲਾਨ ਕਰ ਰਿਹਾ ਵੀ ਮਖੜੂ ਇਬਣ ਵਾਲਾ ਜਿੰਨੇ ਵੀ ਜਫੇ ਲਾ ਦੇਗਾ ਸਾਡੇ ਵੱਲੋਂ ਉਹਨੇ ਸੌ ਸੌ ਦੇ ਜੋ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਚੱਲ ਵੀ ਅਮਨ ਸਿਆ ਪਾ ਰੇਡ ਨੌਜਵਾਨ ਰੇਡ ਅਮਨ ਦੀ ਪੈਂਦੀ ਹੋਏ ਅਮਨ ਕੌਂਕਿਆਂ ਵਾਲਾ ਵੀ ਖੇਡਣ ਦੇ ਵਾਸਤੇ ਪੁੱਜਿਆ ਹੋਇਆ ਉਸ ਮਹਾਨ ਕਬੱਡੀ ਖਿਡਾਰੀ ਦਾ ਵੀ ਇੱਥੇ ਪੁੱਜਣ ਤੇ ਧੰਨਵਾਦ ਹੈ ਨਾ ਆਹ ਦੇਖਾਂਗੇ ਅਮਨ ਦੀ ਕਬੱਡੀ ਦੇ ਉੱਪਰ ਮਨਪ੍ਰੀਤ ਵੀ ਤਿਆਰ ਮਲੂਕ ਨਾਲ ਮਖਣੂ ਤੇ ਨਾਲ ਫਰਿਆਦ ਲੇਕਿਨ ਅਗਲੇ ਪਾਸੇ ਮਖਣੂ ਕੋਸ਼ਿਸ਼ ਕਰਦਾ ਤੇ ਪੁਆਇੰਟ ਰੇਡਰ ਦੇ ਉਸੇ ਮੈਦਾਨ ਦੇ ਵਿੱਚ ਜੁੜਦਾ ਹੋਇਆ ਨੰਬਰ ਚੱਲ ਵੀ ਘੋੜਿਆ ਪਾ ਰੇਡ ਲੋ ਅਗਲੀ ਕਬੱਡੀ ਜਿਹੜੀ ਸੰਤ ਬਾਬਾ ਪ੍ਰੇਮ ਦਾ ਸਪੋਰਟਸ ਕਲੱਬ ਕਿਹੇ ਵੱਲੋਂ ਘੋੜੇ ਨੌਜਵਾਨ ਦੀ ਟੇਕ ਧਰਤੀ ਮਾਂ ਨੂੰ ਮੱਥਾ ਕਿ ਕਰਕੇ ਯਾਦ ਰੰਗ ਰੇਡਰ ਮੱਥਾ ਦਿੰਦੇ ਟੇਕ ਜਿਸ ਯਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਬਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਅਵੇਖ ਮੋਂਟਾ ਕੌਂਕਿਆਂ ਵਾਲਾ ਜਫਾ ਨਹੀਂ ਲੈ ਸਕਿਆ ਅੰਕ ਜਿਹੜਾ ਘੋੜੇ ਦੇ ਹਿੱਸੇ ਜੁੜਦਾ ਹੋਇਆ ਅਗਲੀ ਗੱਲ ਜਿਹੜੀ ਫਰਿਆਦ ਨਹੀਂ ਕਰੇਗਾ ਇਸ ਖਿਡਾਰੀ ਦੀ ਹਾਂਜੀ ਮਾਲੂਪੁਰ ਤੇ ਬਦਰੇ ਦੀ ਟੀਮ 80 ਕਿਲੋ ਭਾਰ ਵਰਗ ਇਹ ਦੋਵੇਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਸਾਡੇ ਪ੍ਰਭਜੋਤ ਸਿੰਘ ਜਹਾਜ਼ ਉਹਨਾਂ ਦੇ ਅੱਗੇ ਤੇ ਸਾਡੇ ਨੇਕੇ ਕੋਚ ਉਹਨਾਂ ਦੇ ਅੱਗੇ ਬੇਨਤੀ ਹੈ ਬਈ ਆਪਾਂ ਜਲਦੀ ਤੋਂ ਜਲਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਲਾ ਕੇ ਆਵਾਂਗੇ ਨਾਲ ਹੀ ਸਾਡੇ ਨਿੱਕੇ ਬਦਰੇ ਉਹਨਾਂ ਦੇ ਅੱਗੇ ਬੇਨਤੀ ਵੀ ਆਪਾਂ ਬਦਰੇ ਦੀ ਟੀਮ ਵੀ ਜਿਹੜੀ ਉਹ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਲੈ ਕੇ ਪੁੱਜਾਂਗੇ ਲੋ ਅਗਲੀ ਜੱਗਿਆ ਪਾ ਰਹੇ ਨੌਜਵਾਨਾਂ ਲੋ ਅਗਲੀ ਕਬੱਡੀ ਕਹਿੰਦੇ ਜੱਗੇ ਟਾਂਡੀ ਵਾਲੇ ਲਈ ਪੈ ਚੁੱਕੀ ਹੈ ਜ਼ਿਲ੍ਹੇ ਹੁਸ਼ਿਆਰਪੁਰ ਦਾ ਏਰੀਆ ਕਬੱਡੀ ਸਟਾਰ ਖਿਡਾਰੀਆਂ ਦਾ ਏਰੀਆ ਫੁੱਟਬਾਲ ਖਿਡਾਰੀਆਂ ਦਾ ਏਰੀਆ ਕਿ ਸ਼ੀਸ਼ੇ ਮੂਹਰੇ ਛਾਤੀ ਦਾ ਹਰੇਕ ਦਿਨ ਦਾ ਦਾਰਾ ਸਿੰਘ ਘਰ ਚ ਹਰੇਕ ਬਣ ਦਾ ਲੱਗਦਾ ਹੈ ਪਤਾ ਜਦੋਂ ਜਾ ਕੇ ਮੈਦਾਨ ਵਿੱਚ ਪੈਂਦਾ ਹੈ ਬਗਾਨੇ ਪੁੱਤ ਨਾਲ ਵਾਹ ਜੋਦਿਆ ਲੈਂਦਾ ਹੈ ਬਗਾਨਾ ਪੁੱਤ ਢਾ ਜੋਦਿਆ ਚਾਹੀ ਦੀ ਸ਼ੀਸ਼ ਚ ਫਰਾਦ ਜਿਹੀ ਵੱਡੀ ਲੰਗਿਆਣੀਆਂ ਫਿਰ ਖੇਡੀ ਜਾਂਦੀ ਹੈ ਕਬੱਡੀ ਲੰਗਿਆਣੀਆਂ ਤਾੜੀਆਂ ਮਾਰ ਦਿਓ ਮੋਢੇ ਦੇ ਨਾਂ ਤੇ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਗੱਲ ਹੋਈ ਜਿਹੜੀ ਕੌਂਕਿਆਂ ਦੀ ਧਰਤੀ ਦੀ ਕਦੇ ਲੋਕ ਗੀਤਾਂ ਦੇ ਵਿੱਚ ਗੱਲ ਹੋਈ ਇਹਨਾਂ ਖਿਡਾਰੀਆਂ ਨੇ ਕਬੱਡੀ ਜਗਤ ਦੇ ਵਿੱਚ ਚਰਚਾ ਕਰਵਾਈ ਇਸ ਲੈ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੋਤ ਐਨਡੀਓ ਜੋਤ ਦੀ ਕਬੱਡੀ ਦੇ ਉੱਪਰ ਫਰਿਆਦ ਤੇ ਮਲੂਕ ਲੇਕਿਨ ਮੱਖਣ ਪੁਆਇੰਟ ਰੇਡਰ ਦੇ ਵਾਸਤੇ ਸਾਡੇ ਰੈਫਰੀ ਸਾਹਿਬਾਨ ਦਾ ਇਸ਼ਾਰਾ ਵੀ ਨੰਬਰ ਰੇਡਰ ਦਾ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਬਦਰੇ ਦੀ ਟੀਮ ਇਹ ਦੋਵੇਂ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਵਾਸਤੇ ਬਿਲਕੁਲ ਤਿਆਰ ਰਹਿਣਾ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਬਦਰਾ ਚੱਲ ਵੀ ਪੰਡਿਤ ਪਾਗਲੀ ਕਬੱਡੀ ਨੌਜਵਾਨ ਲੋ ਅਗਲੀ ਕਬੱਡੀ ਕਹਿੰਦੇ ਪੰਡਿਤ ਦੀ ਪੈ ਚੁੱਕੀ ਹੈ ਪੰਡਿਤ ਰੌੜੀਆਂ ਵਾਲਾ ਕਿ ਪੰਡਿਤਾ ਤੂੰ ਮੇਰਾ ਟੇਵਾ ਦੇਖਦੇ ਦੁੱਖਾਂ ਦੀ ਤੇ ਗੱਲ ਕੋਈ ਨਾ ਸੁੱਖਾਂ ਦੀ ਤੇ ਗੱਲ ਕੋਈ ਨਾ ਦੁੱਖ ਕਿੰਨੇ ਰਹਿੰਦੇ ਦੇਖਦੇ ਪੰਡਿਤ ਨੌਜਵਾਨ ਪਤਲਾ ਪਤੰਗ ਸੀਰ ਰੈਫਰੀ ਸਾਹਿਬ ਦਾ ਇਸ਼ਾਰਾ ਜਿਹੜਾ ਅੰਕ ਰੇਡਰ ਦੇ ਹਿੱਸੇ ਹੈ ਬੈਰੀ ਦਿਲਵੇ ਵਾਲਾ ਇਸ਼ਾਰਾ ਕਰਦਾ ਹੋਇਆ ਕਿ ਅੰਕ ਜਿਹੜਾ ਸੰਤ ਬਾਬਾ ਪ੍ਰੇਮ ਦਾ ਸਪੋਰਟਸ ਕਲੱਬ ਕ੍ਰਿਹੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਸਾਡੇ ਵੀਰ ਕਮਲਪ੍ਰੀਤ ਸਟੂਡੀਓ ਵਾਲੇ ਸਾਡੇ ਵੀਰ ਜਿਹੜੇ ਇਹਨਾਂ
ਜ਼ਾਦਗਾਰੀ ਮੈਚਾਂ ਨੂੰ ਜ਼ਾਦਗਾਰੀ ਪਲਾਂ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੱਦ ਕਰ ਕਰਦੇ ਨੇ। ਲਓ ਅਗਲੀ ਗੱਲ ਜਿਹੜੀ ਅਲੀ ਇਸ ਖਿਡਾਰੀ ਦੀ ਕਰੇਗਾ ਅਗਲੀ ਕਬੱਡੀ ਪਾਉਣ ਦੇ ਵਾਸਤੇ। ਫਿਰ ਅਮਨ ਬਿਲਕੁਲ ਤਿਆਰ ਬਰ ਤਿਆਰ ਪਹਿਨਦੇ ਹੋਏ ਅਮਨ ਦੀ ਕਬੱਡੀ ਦੇ ਉੱਪਰ ਚਾਰਾਂ ਦੇ ਵਿੱਚੋਂ ਕਿਹੜਾ ਡਾਕੇ ਦਿਖਾਓ ਇਸ ਨੌਜਵਾਨੋ। ਚੱਲ ਵੀ ਫਰਿਆਦ ਤੇਰੇ ਜੱਫੇ ਨੂੰ ਦੁਨੀਆ ਲੋਚ ਰਹੀ ਆ ਲੈ ਕੇ ਨੰਬਰ ਰੇਡਰ ਦਾ ਅਮਨੇ ਦਾ ਪੁਆਇੰਟ। ਅਗਲੀ ਕਬੱਡੀ ਜਿਹੜੀ ਫਿਰ ਸੰਤ ਬਾਬਾ ਪ੍ਰੇਮ ਦਾਸ ਸਾਹਿਬ ਕ੍ਰੀਸੇਬਲ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਹੈ ਘੋੜਾ ਵੱਖਰਾ ਰਿਹਾ ਹੇਅਰ ਸਟਾਈਲ ਇਸ ਖਿਡਾਰੀ ਦਾ। ਹੈਲੋ ਹਾਂਜੀ ਕਡਿਆਲ ਦੀ ਜਿਹੜੀ ਟੀਮ ਦੀ ਗੱਡੀ ਦੀ ਚਾਬੀ ਹੈ ਜਿਸ ਮੇਰੇ ਵੀਰ ਦੇ ਕੋਲ ਹੋਵੇ ਉਹ ਮਿਹਰਬਾਨੀ ਕਰਕੇ ਗੱਡੀ ਦੇ ਕੋਲ ਪਹੁੰਚੇ ਕਿਉਂਕਿ ਦੋਧਿਆਂ ਨੇ ਸੰਦੀਪ ਗੱਡੀ ਦੇ ਕੋਲ ਖੜਾ। ਮਿਹਰਬਾਨੀ ਕਰਕੇ ਭੱਜ ਕੇ ਹੋਵੇ ਨੌਜਵਾਨ। ਲੈ ਘੋੜੇ ਦੀ ਕਬੱਡੀ ਪੈਂਦੀ ਹੈ ਮਾਝੇ ਦਾ ਮਝੈਲ ਮੰਦਰਾ ਵਾਲ ਪਿੰਡ ਦਾ ਨੌਜਵਾਨ ਰੇਡ ਪਾਉਂਦਾ ਘੋੜਾ ਅੱਗੇ ਨੂੰ ਵੱਧ ਕੇ ਲੇਕਿਨ ਇਹਦੇ ਪਾਸੇ ਦੇਖਾਂਗੇ ਵੀ ਮੈਦਾਨ ਦੇ ਵਿੱਚੋਂ ਚੇਲਣ ਦੇ ਕੱਢ ਵਾਲਾ ਨਹੀਂ ਜੱਫਾ ਲਾ ਸਕਿਆ ਤੇ ਪੁਆਇੰਟ ਬਾਬਾ ਪ੍ਰੇਮ ਦਾਸ ਕਬੱਡੀ ਕਲੱਬ ਕ੍ਰੀਏ ਦੀ ਟੀਮ ਦੇ ਵਾਸਤੇ ਮੈਦਾਨ ਦੇ ਵਿੱਚ ਨੰਬਰ ਜੁੜਦਾ ਹੋਇਆ। ਲੈ ਵੀ ਨੌਜਵਾਨ ਕਰ ਗਏ ਇਸ ਖਿਡਾਰੀ ਦੀ। ਅਗਲੀ ਕਬੱਡੀ ਕਹਿੰਦੇ ਜੋਤ ਪਿੰਡਰਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮਾਲਵੇ ਏਰੀਏ ਦਾ ਜ਼ਿਲ੍ਹੇ ਮੋਗੇ ਦਾ ਹਲਕਾ ਜਿਹਾ ਮਾਰਕੀਟ ਹੈ ਤੇ ਜਿਹੜਾ ਸੰਤ ਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਕ੍ਰੀਹਾ ਦੇ ਜਾਫੀ ਨੂੰ ਇੱਕ ਹੋਰ ਅੰਕ ਦਾ ਵਾਧਾ ਜਿਹੜਾ ਘੜਿਆਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਬਦਰਾ ਵੀ ਜੀ ਇਹ ਦੋਵੇਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਰਹਿਣ ਕਿਉਂਕਿ ਟੀਮਾਂ ਰੁਪਿੰਦਰ ਹੋਣਾ ਨੇ ਕਿਹਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਅਸੀਂ ਲੋਕਾਂ ਨੂੰ ਮੈਚ ਦਿਖਾਉਣੇ ਆ ਤੇ ਮੇਰੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਟੀਮ ਜਿਹੜੀ ਤਿਆਰ ਰਵੇ। ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਦੂਸਰੇ ਪਾਸੇ ਬਦਰੇ ਦੇ ਖਿਡਾਰੀ ਹੈ ਇਹ ਵੀ ਮਾਲਵੇ ਤੇ ਦੁਆਬੇ ਵਾਲਾ ਮੈਚ ਖੇਡਿਆ ਜਾਵੇਗਾ। ਲਓ ਆਹ ਦੇਖਾਂਗੇ ਜੱਗੇ ਦੀ ਕਬੱਡੀ ਦੇ ਉੱਪਰ ਅਗਲੇ ਪਾਸੇ ਵੱਜੂ ਟੈਂਟੀ ਲੈ ਕੇ ਨੰਬਰ ਰੇਟਰ ਦਾ ਜੱਗੇ ਦਾ ਪੁਆਇੰਟ ਕਿ ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ ਤੇ ਘਰ ਘਰ ਪੁੱਤ ਜੰਮਦੇ ਜੱਗਿਆ ਕਿ ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਇਹ ਹੈ ਜੋਤ ਪਿੰਡਰ ਕਲਾਂ ਵਾਲਾ ਰੇਡ ਪਾਉਂਦਾ ਕਦੀ ਵੱਧ ਵੱਧ ਕੇ ਪੈਂਦੀ ਹੋਈ ਕਬੱਡੀ ਦੇ ਉੱਪਰ ਹੁਣ ਦੇਖਦੇ ਨੇ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਓ। ਜੇ ਮੱਖਣੂ ਜੱਫਾ ਲਾਵੇ ਤੇ ਸਾਡੇ ਅੰਦੇ ਬਾਲੂਣਾ ਦੇ ਵੱਲੋਂ 100 ਲੇਕਿਨ ਇਧਰਲੇ ਪਾਸੇ ਫਰਿਆਦ ਦਾ ਵੀਰ ਮਲੂਕ ਅਲੀ ਮੈਦਾਨ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਇੱਕ ਪਾਸੇ ਜੋਤ ਤੇ ਦੂਸਰੇ ਪਾਸੇ ਮਲੂਕ ਨੰਬਰ ਰੇਡਰ ਦੇ ਵਾਸਤੇ ਇੱਕ ਹੋਰ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ। ਚੱਲ ਵੀ ਪੰਡਤ ਪਾ ਰੇਡ। ਲਓ ਅਗਲੀ ਕਬੱਡੀ ਫਿਰ ਪਾਉਣ ਦੇ ਲਈ ਸੰਤ ਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਕ੍ਰੀਹਾ ਵੱਲੋਂ ਪੰਡਿਤ ਨੌਜਵਾਨ ਰੋੜੀਆਂ ਵਾਲਾ ਪੰਡਿਤ ਨੌਜਵਾਨ ਕਾਰੀ ਸਾਰੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ। ਸੋ ਕੁਝ ਸਮੇਂ ਦੇ ਬਾਅਦ ਜਿਹੜੇ ਸਾਡੇ ਸਾਈ ਵਿੱਕੀ ਸ਼ਾਹ ਜੀ ਉਹ ਵੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਕਿ ਕਦੇ ਨਾ ਮਖੌਲ ਕਰੋ ਫਕਰਾਂ ਦੀ ਦਾਤ ਨੂੰ ਬਿਨਾਂ ਤੇਲੋਂ ਦੀਵੇ ਇਹ ਬਾਲ ਦਿੰਦੇ ਰਾਤ ਨੂੰ ਕਦੇ ਨਾ ਮਖੌਲ ਕਰੋ ਫਕਰਾਂ ਦੀ ਦਾਤ ਨੂੰ। ਕਾਰੀ ਸਾਰੀ ਵਾਲਾ ਪੰਡਿਤ ਹਲਕਾ ਜਿਹਾ ਮਾਰਕੀਟ ਚ ਇੱਕ ਹੋਰ ਅੰਕ ਦਾ ਜਿਹੜਾ ਸੰਤ ਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਕ੍ਰੀਹਾ ਦੀ ਟੀਮ ਦੇ ਸੇ ਜੁੜਦਾ ਹੋਇਆ। ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਬਦਰਾ ਇਹ ਦੋਵੇਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਹੋ ਕੇ ਅਗਲੇ ਮੈਚ ਦੇ ਵਾਸਤੇ ਆ ਜਾਣਗੀ। ਬਾਬਾ ਰਾਮ ਜੋਗੀ ਪੀਰ ਮਾਲੂਪੁਰ ਸਾਡੇ ਨੇ ਕੋਚ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਆਪਾਂ ਆਪਣੀ ਟੀਮ ਨੂੰ ਜਲਦੀ ਤਿਆਰ ਕਰਕੇ ਲੈ ਕੇ ਪੁੱਜਾਂਗੇ। ਲਾ ਇਧਰਲੇ ਪਾਸੇ ਅਮਨਦੀਪ ਸਿੰਘ ਤੇ ਫਰਿਆਦ ਲੇਕਿਨ ਨੰਬਰ ਰੇਟਰ ਦੇ ਵਾਸਤੇ ਪੁਆਇੰਟ 22 ਦੇ ਸੇ ਜੁੜਦਾ ਹੋਇਆ। ਚੱਲ ਵੀ ਘੋੜਿਆ ਪਾਗਲੀ ਕਬੱਡੀ ਨੌਜਵਾਨ ਅਗਲੇ ਨਾਲ ਢੋੜਾ ਤੇ ਘੋੜਾ ਬੜਾ ਫੱਬਦਾ ਰੱਜ ਕੇ ਸੁਨੱਖਾ ਯਾਰ ਲੱਖਾ ਬੜਾ ਫੱਬਦਾ। ਅਗਲੇ ਪਾਸੇ ਮਾਝੇ ਦੇ ਮਝੈਲ ਦੀ ਕਬੱਡੀ ਪੈਂਦੀ ਹੋਈ ਜਿਸ ਤਰ੍ਹਾਂ ਸਾਡੇ ਸੁੱਖੇ ਤੋਂ ਵਿਛੋੜਾ ਨੇ ਆਪਣੀ ਜਿਹੜੀ ਸਾਰੀ ਟੀਮ ਆ ਲਗਭਗ ਮਾਝੇ ਦੇ ਮਝੈਲਾਂ ਦੇ ਨਾਲ ਲੈਸ ਕਰਕੇ ਲੈ ਕੇ ਪੁੱਜੇ ਹੋਏ ਨੇ ਲੇਕਿਨ ਇਧਰਲੇ ਪਾਸੇ ਘੋੜਾ ਤੇ ਉੱਚੇ ਲੰਮੇ ਕੱਦ ਵਾਲਾ ਵਿੱਕੀ ਹੋ ਗਈ ਬੱਲੇ ਬੱਲੇ ਸੱਜੇ ਖੱਬੇ ਕਬੱਡੀ ਕਬੱਡੀ।